ਉੱਪਰ ਐਸਐਮਓ ਮੈਡਮ ਨੂੰ, ਮੈਡੀਕਲ ਟੀਮ ਨੂੰ ਤੇ ਈਓ ਸਾਹਿਬ ਨੂੰ ਇਤਲਾਹ ਕਰਦੇ ਹੋਏ ਤੇ ਰਾਤ ਹੀ ਇੱਥੇ ਟੀਮਾਂ ਭੇਜੀਆਂ ਕਿ ਕਾਫੀ ਬੱਚੇ ਉਹਨੇ ਜੇ ਇਦਾਂ ਦੀ ਗੱਲ ਹੋਈ ਬਿਲ ਵਿਦਆਊਟ ਪਰਮਿਸ਼ਨ ਤਾਂ ਉਹਦੇ ਐਕਸ਼ਨ ਹੋਏਗਾ ਜੀ। ਸਤਿ ਸ਼੍ਰੀ ਅਕਾਲ ਜੀ, ਆਪਾਂ ਜਿੱਦਾਂ ਕੱਲ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀਗੀ ਪਿੰਡ ਗਾਜ਼ੀਪੁਰ ਸੈਣੀਆਂ ਦੀ, ਜਿਸ ਸੰਬੰਧੀ ਆਪਾਂ ਦੱਸਿਆ ਸੀਗਾ ਕਿ ਸੀਵਰੇਜ ਤੇ ਵਾਟਰ ਸਪਲਾਈ ਦੇ ਜਿਹੜੇ ਲੈਣਾ ਮਿਕਸ ਹੋ ਜਾਣ ਕਾਰਨ ਜਿਹੜਾ ਗੰਦਾ ਪਾਣੀ ਇੱਥੇ ਪਿੰਡ ਦੇ ਵਿੱਚ ਆ ਰਿਹਾ ਸੀ ਔਰ ਜਿਸ ਨਾਲ ਕਾਫੀ ਜਿਹੜੇ ਲੋਕ ਜਿਹੜੇ ਬਿਮਾਰ ਹੋ ਚੁੱਕੇ ਸੀਗੇ। ਉਸ ਸੰਬੰਧੀ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਕਿ ਅੱਜ ਜਿਹੜੀ ਟੀਮਾਂ ਵੱਲੋਂ ਜਿਹੜਾ ਦੌਰਾ ਕੀਤਾ ਜਾ ਰਿਹਾ ਮੌਕੇ ਦਾ, ਅੱਜ ਹੈਲਥ ਡਿਪਾਰਟਮੈਂਟ ਦੀ ਟੀਮ ਔਰ ਵਾਟਰ ਸਪਲਾਈ ਵਾਲੇ ਔਰ ਸੀਵਰੇਜ ਵਿਭਾਗ ਵਾਲੇ ਕਾਫੀ ਆਲਾ ਅਧਿਕਾਰੀ ਜਿਹੜੇ ਇੱਥੇ ਮੌਕੇ 'ਤੇ ਪਹੁੰਚੇ ਹੋਏ ਆ। ਸਵੇਰ ਤੋਂ ਲੈ ਕੇ ਜਿਹੜਾ ਟੀਮਾਂ ਦਾ ਜਿਹੜਾ ਸਰਵੇ ਚੱਲ ਰਿਹਾ ਇਸ ਸੰਬੰਧੀ ਜਿਹੜਾ ਹੈਗਾ ਡੀਸੀ ਮੋਹਾਲੀ ਜਿਹੜੇ ਹੈਗੇ ਉਹਨਾਂ ਵੱਲੋਂ ਖੁਦ ਇਸ ਸੰਬੰਧੀ ਪਤਾ ਲੱਗਾ ਕਿ ਉਹਨਾਂ ਵੱਲੋਂ ਖੁਦ ਐਕਸ਼ਨ ਲਿਆ ਜਾ ਰਿਹਾ ਔਰ ਸਾਰੀ ਕਾਰਵਾਈ ਆਪਣੀ ਦੇਖ ਰੇਖ 'ਚ ਕਰਾਈ ਜਾ ਰਹੀ। ਇਸ ਸੰਬੰਧੀ ਕੁਛ ਜਿਹੜੀਆਂ ਤਾਰਾਂ ਪਾਉਣ ਵਾਲੀਆਂ ਕੰਪਨੀਆਂ ਸੀਗੀਆਂ ਉਹਨਾਂ ਖਿਲਾਫ ਵੀ ਕਾਰਵਾਈ ਕਰਨ ਦੀ ਜਿਹੜੀ ਗੱਲ ਸਾਹਮਣੇ ਆਈ ਕਿ ਉਹਨਾਂ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾਊਗੀ ਜਿਹਨਾਂ ਦੇ ਤਾਰਾਂ ਪਾਉਣ ਕਰਕੇ ਜਿਹੜਾ ਇਹ ਜਿਹੜਾ ਅਜਿਹਾ ਜਿਹੜਾ ਕੰਮ ਹੋਇਆ, ਜੋ ਪਾਣੀ ਮਿਕਸ ਹੋਇਆ, ਇਹ ਵੀ ਪਤਾ ਲੱਗਾ ਕਿ ਇਸ ਕੰਪਨੀ ਵੱਲੋਂ ਜਿਹੜਾ ਹੈਗਾ ਤਾਰਾਂ ਪਾਉਣ ਦਾ ਜਿਹੜਾ ਕੰਮ ਸੀ ਨਜਾਇਜ਼ ਤੌਰ 'ਤੇ ਕੀਤਾ ਗਿਆ, ਜਿਸ ਦੀ ਕੋਈ ਪਰਮਿਸ਼ਨ ਨਹੀਂ ਸੀ। ਗਾਜ਼ੀਪੁਰ ਸੈਣੀਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਧਰ ਕੋਈ ਪਰਮਿਸ਼ਨ ਨਹੀਂ ਸੀਗੀ। ਇਸ ਸੰਬੰਧੀ ਸਾਡੀ ਜਿਹੜੀ ਕੱਲ੍ਹ ਪੰਜਾਬ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਜਿਹੜੇ ਹੈਗੇ ਉਹਨਾਂ ਦੇ SDO ਕਮਲਜੀਤ ਸਿੰਘ ਜਿਹੜੇ ਹੈਗੇ ਸੀ ਉਹਨਾਂ ਨਾਲ ਵੀ ਗੱਲ ਹੋਈ ਸੀ। ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਆਪਾਂ ਉਹਨਾਂ ਵੱਲੋਂ ਜਿਹੜੀ FIR ਦਰਜ ਕਰਾਈ ਜਾਵੇਗੀ, ਉਸ ਕੰਪਨੀ ਦੇ ਖਿਲਾਫ ਜਿਹੜੀ FIR ਦਰਜ ਕਰਾਉਣ ਜਿਹੜੀ ਗੱਲ ਕਹੀ ਗਈ ਹੈ। ਆਪਾਂ ਜਿੱਦਾਂ ਗੱਲ ਕਰ ਰਹੇ ਸੀਗੇ ਕਿ ਪਿੰਡ ਗਾਜ਼ੀਪੁਰ ਦੇ ਵਿੱਚ ਜਿੱਦਾਂ ਡਾਹਰੀਆ ਫੈਲਣ ਕਰਕੇ ਜਿਹੜੇ ਪ੍ਰਸ਼ਾਸਨ ਇੱਕ ਵਾਰੀ ਜਿਹੜਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਜਿਹੜਾ ਹੈਗਾ ਆਪਾਂ ਦੇਖ ਸਕਦੇ ਕਿ ਸਾਰਾ ਹੀ ਡਿਪਾਰਟਮੈਂਟ ਜਿਹੜਾ ਹੈਲਥ ਲਗਾ ਲਓ, ਪੰਜਾਬ ਵਾਟਰ ਸਪਲਾਈ ਵਾਲੇ ਲਗਾ ਲਓ, ਨਗਰ ਕੌਂਸਲ ਵਾਲੇ ਲਗਾ ਲਓ, ਸਾਰੇ ਜਿਹੜੇ ਇੱਕ ਵਾਰੀ ਹਰਕਤ ਵਿੱਚ ਆਏ ਆ। ਜਿਹੜੇ ਕੱਲ੍ਹ ਤੱਕ ਆਪਾਂ ਗੱਲ ਕਰਦੇ ਸੀ ਕਿ ਇੱਕ ਦੂਜੇ ਦੇ ਉੱਪਰ ਜਿਹੜੀ ਗੱਲ ਸੁੱਟੀ ਜਾ ਰਹੀ ਸੀਗੀ, ਇਹ ਜ਼ਿੰਮੇਵਾਰੀ ਸਾਡੀ ਨਹੀਂ ਹੈਗੀ, ਦੂਜੇ ਪ੍ਰਸ਼ਾਸਨ ਦੀ ਹੈਗੀ ਹੈ, ਦੂਜੇ ਵਾਲੇ ਕਹਿੰਦੇ ਸਾਡੀ ਨਹੀਂ ਹੈਗੀ। ਇਹ ਆਪਸੀ ਖਿੱਚਾ ਤਾਣ ਦੇ ਚੱਕਰਾਂ 'ਚ ਪ੍ਰਸ਼ਾਸਨ ਦੇ ਇੱਕ ਦੂਜੇ ਜਿਹੜੇ ਵਿਭਾਗ ਹੈਗੇ ਆ, ਜਿਹੜੇ ਡਿਪਾਰਟਮੈਂਟ ਹੈਗੇ, ਇਹਨਾਂ ਦੀ ਆਪਸੀ ਖਿੱਚੋ ਤਾਣ ਦਾ ਜਿਹੜਾ ਖਮਿਆਜਾ ਗਾਜ਼ੀਪੁਰ ਦੀ ਜਿਹੜੀ ਹੈਗੀ ਵਸਨੀਕ ਉਹਨਾਂ ਨੂੰ ਭੁਗਤਣਾ ਪੈ ਰਿਹਾ। ਆਪਾਂ ਦੇਖ ਸਕਦੇ ਕਿ ਹੁਣ ਖਬਰਾਂ ਪ੍ਰਕਾਸ਼ਨ ਹੋਣ ਤੋਂ ਬਾਅਦ ਜਾਂ ਪ੍ਰਸ਼ਾਸਨ ਦੇ ਹਰਕਤ ਵਿੱਚ ਆਉਣ ਤੋਂ ਬਾਅਦ ਜਿਹੜਾ ਹੈਗਾ ਹੁਣ ਇੱਥੇ ਜਿਹੜੇ ਸਾਰੇ ਡਿਪਾਰਟਮੈਂਟ ਦੇ ਅਧਿਕਾਰੀ ਜਿਹੜੇ ਇੱਥੇ ਮੌਜੂਦ ਆ, ਅਗਰ ਇਹ ਕਾਰਵਾਈ ਅਗਰ ਟਾਈਮ ਰਹਿੰਦਿਆਂ ਪਹਿਲਾਂ ਕੀਤੀ ਜਾਂਦੀ ਤਾਂ ਸ਼ਾਇਦ ਅੱਜ 100-150 ਦੇ ਕਰੀਬ ਜਿਹੜੇ ਬੱਚੇ ਔਰ ਵਸਨੀਕ ਹੈਗੇ ਜਿਹੜੇ ਉਹ ਇੱਕ ਡਾਇਰੀਆ ਦਾ ਸ਼ਿਕਾਰ ਹੋਏ ਉਹ ਬਚ ਸਕਦੇ ਸੀਗੇ। ਇਹਨਾਂ ਦੀ ਜਾਨ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ, ਇੱਕ ਮਜ਼ਾਕ ਕੀਤਾ ਜਾ ਰਿਹਾ। ਕਿਤੇ ਨਾ ਕਿਤੇ ਜਿਹੜੀ ਹੈਗੀ ਪ੍ਰਸ਼ਾਸਨਾਂ ਦੀ ਜਿਹੜੀ ਅਣਗਹਿਲੀ ਹੈਗੀ ਆ, ਪ੍ਰਸ਼ਾਸਨਾਂ ਦੀ ਜਿਹੜੀ ਮਿਲੀ ਭੁਗਤ ਹੈਗੀ ਆ, ਜਿਹੜੀ ਗੱਲ ਕਹੀ ਗਈ ਕਿ ਇੱਥੇ ਜਿਹੜੀਆਂ ਪਾਈਪ ਲਾਈਨਾਂ ਪਾਉਣ ਦੇ ਨਾਮ 'ਤੇ ਜਿਹੜਾ ਲੀਕੇਜ ਹੋਈ ਹੈਗੀ ਆ। ਉਸ ਤੋਂ ਇਲਾਵਾ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਕਿ ਡਰੇਨੇਜ ਹੈਗੀ ਆ ਜਿਹਦੇ ਵਿੱਚ ਸਿੱਧੇ ਤੌਰ 'ਤੇ ਜਿਹੜਾ ਕਈ ਕਲੋਨੀਆਂ ਦਾ, ਕਈ ਫੈਕਟਰੀਆਂ ਦਾ ਜਿਹੜਾ ਹੈਗਾ ਗੰਦ ਮੰਦ ਜਿਹੜਾ ਹੈਗਾ ਸਿੱਧਾ ਟਰੀਟਮੈਂਟ ਕੀਤੇ ਬਿਨਾਂ ਜਿਹੜਾ ਸੁੱਟਿਆ ਜਾਂਦਾ। ਇੱਕ ਬੜੀ ਤਗੜੀ ਸਮੱਸਿਆ ਹੈਗੀ ਆ ਜ਼ੀਰਕਪੁਰ ਦੀ ਇਸ ਟਾਈਮ ਕਿ ਜਿੰਨੇ ਵੀ ਇੱਥੇ ਸੋਸਾਇਟੀਆਂ ਹੈਗੀਆਂ, ਜਿੰਨੇ ਵੀ ਇੱਥੇ ਪ੍ਰੋਜੈਕਟ ਹੈਗੇ ਕਿ ਤਕਰੀਬਨ 90% ਜਿਹੜੇ ਪ੍ਰੋਜੈਕਟ ਹੈਗੇ ਬਿਨਾਂ ਟਰੀਟਮੈਂਟ ਪਲਾਂਟ ਤੋਂ ਚੱਲ ਰਹੇ ਹੈਗੇ ਆ ਔਰ ਇੱਦਾਂ ਖੁੱਲ੍ਹੇ ਦੇ ਵਿੱਚ ਜਿਹੜਾ ਸੀਵਰੇਜ ਦਾ ਪਾਣੀ ਜਾਂ ਗੰਦਾ ਪਾਣੀ ਪ੍ਰੋਜੈਕਟਾਂ ਦਾ ਸੁੱਟਿਆ ਜਾ ਰਿਹਾ, ਜਿਸ ਕਾਰਨ ਜ਼ੀਰਕਪੁਰ ਦੇ ਵਸਨੀਕਾਂ ਦੀ ਜਾਨ ਦੇ ਨਾਲ ਜਿਹੜਾ ਸ਼ਰੇਆਮ ਖਿਲਵਾੜ ਹੋ ਰਿਹਾ ਹੈਗਾ, ਜਿਸ ਸੰਬੰਧੀ ਵਿਭਾਗਾਂ ਦੀ ਜਿਹੜੀ ਕੋਈ ਕਾਰਵਾਈ ਜਿਹੜੀ ਆਪਾਂ ਕਹਿ ਸਕਦੇ ਨਿਲ ਕਾਰਵਾਈ ਜਿਹੜੀ ਹੁੰਦੀ ਹੈ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਹੁੰਦੀ। ਨੋਟਿਸ ਜ਼ਰੂਰ ਜਾਰੀ ਹੁੰਦੇ ਆ, ਨੋਟਿਸ ਤੋਂ ਅੱਗੇ ਕੋਈ ਕਾਰਵਾਈ ਨਹੀਂ ਹੁੰਦੀ। ਤੇ ਇਹ ਜਿੱਦਾਂ ਦੇਖਿਆ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਆਈ ਸੀ, ਉਹਨਾਂ ਦਾਅਵਾ ਕੀਤਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਵੇਗੀ, ਪਰ ਦੇਖਿਆ ਪੂਰਾ ਪਿੰਡ ਹੀ ਤਕਰੀਬਨ ਬਿਮਾਰ ਪਿਆ ਇਸ ਡੇਟ 'ਚ। ਪਿੰਡ ਦੇ ਵਿੱਚ ਜਿੱਦਾਂ ਹੀ ਬਾਈ ਜੀ ਕੱਲ੍ਹ ਸਾਨੂੰ ਪਤਾ ਲੱਗਿਆ ਇਹਦੇ ਬਾਰੇ ਕਿ ਕਾਫੀ ਮਰੀਜ਼ ਸਾਹਮਣੇ ਆਏ ਨੇ, ਬਿਮਾਰੀ ਦੇ ਐਡਮਿਟ ਵੀ ਹੋਏ ਨੇ, 3-4 ਮਰੀਜ਼ ਐਡਮਿਟ ਹੋਏ ਹੈ। ਤਾਂ ਸਾਡੇ MLA ਸਾਹਿਬ ਕੁਲਜੀਤ ਸਿੰਘ ਰੰਧਾਵਾ ਨੂੰ ਅਸੀਂ ਦੱਸਿਆ, ਰਾਤ ਹੀ ਉਹਨਾਂ ਨੇ ਐਕਸ਼ਨ ਲੈਂਦੇ ਹੋਏ ਪੂਰੀ ਉੱਪਰ SMO ਮੈਡਮ ਨੂੰ, ਮੈਡੀਕਲ ਟੀਮ ਨੂੰ ਤੇ EO ਸਾਹਿਬ ਨੂੰ ਇਤਲਾਹ ਕਰਦੇ ਹੋਏ ਤੇ ਰਾਤ ਹੀ ਇੱਥੇ ਟੀਮਾਂ ਭੇਜੀਆਂ। ਅੱਛਾ ਜੀ। ਤੇ ਜਿੱਥੇ ਵੀ ਪ੍ਰੋਬਲਮ ਹੈਗੀ ਆ, ਕੋਈ ਦੱਸ ਰਿਹਾ ਕਿ ਗੰਦੇ ਪਾਣੀ ਦੀ ਤੇ ਪੀਣ ਵਾਲੇ ਪਾਣੀ ਦੀ ਮਿਕਸਿੰਗ ਦਾ ਪ੍ਰੋਬਲਮ ਆ ਰਹੀ ਹੈ, ਉਹਨੂੰ ਸਰਚਿੰਗ ਟੀਮ ਲੱਗੀ ਹੋਈ ਹੈ, ਚੈੱਕ ਕਰ ਰਹੀ ਸਾਰੀ ਟੀਮ। ਇਸ ਤੋਂ ਇਲਾਵਾ ਇਹ ਗੱਲ ਸਾਹਮਣੇ ਆ ਰਹੀ ਕਿ ਇੱਥੇ ਜਿਹੜੀ Jio ਟੀਮ ਜਾਂ Airtel ਵਾਲੀ ਜੋ ਵੀ ਤਾਰਾਂ ਪਾਈਆਂ ਗਈਆਂ ਉਹਨਾਂ ਕੋਲ ਪਰਮਿਸ਼ਨ ਨਹੀਂ ਹੈਗੀ ਸੀ, ਜਿਹੜੀ ਗੱਲ ਸਾਹਮਣੇ ਆ ਰਹੀ, ਕੋਈ ਇੱਥੇ ਵੀ ਕਾਰਵਾਈ ਹੋਊ? ਬਿਲਕੁਲ ਹੋਏਗੀ ਜੀ, ਜੇ ਉਹਨਾਂ ਕੋਲ ਪਰਮਿਸ਼ਨ ਨਹੀਂ ਹੈ, ਜੇ ਉਹਨਾਂ ਕਾਰਨ ਇੰਨਾ ਇਹ ਇੱਕ ਹਾਦਸਾ ਹੀ ਵਾਪਰ ਰਿਹਾ ਪਿੰਡ ਦੇ ਵਿੱਚ, ਇੰਨੇ ਮਰੀਜ਼ ਹੈ ਕਿ ਜਾਨ ਦਾ ਵੀ ਖਤਰਾ ਬਣ ਚੁੱਕਿਆ ਹੈ ਕਿ ਕਾਫੀ ਬੱਚੇ ਉਹਨੇ ਜੇ ਇਦਾਂ ਦੀ ਗੱਲ ਹੋਈ ਵਿਦਆਊਟ ਪਰਮਿਸ਼ਨ ਤਾਂ ਉਹਦੇ ਐਕਸ਼ਨ ਹੋਏਗਾ ਜੀ। ਜਿੱਦਾਂ ਕੱਲ੍ਹ ਆਪਾਂ ਇੱਥੇ ਪਿੰਡ ਵਸਨੀਕਾਂ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਮਿਲੀ ਭੁਗਤ ਨਾਲ ਤਾਰਾਂ ਪਾਈਆਂ ਗਈਆਂ ਨਗਰ ਕੌਂਸਲ ਦੇ, ਜੇ ਕਿਸੇ ਅਧਿਕਾਰੀ ਦੀ ਮਿਲੀ ਭੁਗਤ ਆਉਂਦੀ ਉਹ 'ਤੇ ਵੀ ਕਾਰਵਾਈ ਹੋਏਗੀ? ਬਿਲਕੁਲ ਕਾਰਵਾਈ ਹੋਏਗੀ, ਬਿਲਕੁਲ ਕਾਰਵਾਈ ਹੋਏਗੀ। ਹੁਣ ਤੱਕ ਕੋਈ ਹੋਇਆ ਜਿਹਨਾਂ ਦਾ? ਕੋਈ ਆਮ ਜਨਤਾ ਦੀ ਸਰਕਾਰ ਹੈ, ਆਮ ਜਨਤਾ ਦਾ ਧਿਆਨ ਰੱਖ ਰਹੇ ਹੈ। ਜੇ ਕਿਸੇ ਵੀ ਕਰਮਚਾਰੀ ਕਰਕੇ ਜਾਂ MC ਕਰਕੇ ਜੇ ਇਦਾਂ ਦੇ ਕੋਈ इतने हालात बने ने तो कार्रवाई जरूर होगी। जिदा लोगों कल इल्जाम लाया कि एमसी ने भी कई बार शिकायतें की पर कार्रवाई नहीं हुई कोई। देखो साढ़े ध्यान च तो कल ही चीज़ आई सी, कल ही ध्यान च आते हुए साढ़े MLA साहब ने टीमों को रात इतने भेजा 12-1 बजे सारी टीम इतने पहुँच चुकी सी। हूँ भी टीम सारा सर्च कर रही है, मरीजों का ध्यान रखते हुए मैडिकल टीम पिंड के एंबूलेंस की फैसिलिटी दे दी गई है। मैडम ये शिवर की सी जी वाटर सप्लाई पानी मिक्स हो रहा है 6-7 दिनों तो। अच्छा जी। तो वो प्रॉब्लम है, उस करके थोड़े बीमार है बच्चे तो बजुर्ग। एक तारा पाइया किस कंपनी ने? ये जियो ने पाइया सीगियां। अच्छा जी। ते इन्हां कोल कोई दसदे आ वी कमेटी दी परमिशन सीगी ते ओह पाइया हुण देखदे आ, हुण 1-2 दिन च सारा पता लग जाएगा भी ये जियो लाइन करके है कि। साडी ते अधिकारियां नाल गल होई कहंदे गाजीपुर दी कोई परमिशन दित्ती आपां। परमिशन इन्हां कोल हैगी आ, मेरे कोल दिखा रहे सीगे कोई, बाकी ये कमेटी वालों तो ही पता लगूगा अपने ईओ साहब तो। अच्छा, एक प्रॉब्लम काफ़ी 5-7-8 दिन दी सी, तुसी पहले क्यों नहीं इस संबंधी? ये जी मेन 3-4 दिनों तो ही आई है हम प्रॉब्लम। अच्छा। तो जो लाइन है वो तकरीबन 10-12 दिन हो गए पई नूं। अच्छा। तो हुण देखते हैं, चेक करके ही पता लगूगा हुण ठीक होगी प्रॉब्लम कि हजे भी नहीं? हाले तक करके देखी है, लाइन डिसकनैक्ट करी है क्योंकि जिधर लाइन पाई है ये जियो वाले ने ओपर लाइन डिसकनैक्ट कराई है। तो हूँ चेक कर रहे हैं, 1-2 दिन पता लग जाएगा सारी प्रॉब्लम। किन्ने को अपने पिंड दे जिहड़े हैगे मरीज हुण तक सामने? 70 के करीब है जिहड़ी हुण चल रही है और मैडिकल टीम दे अनुसार 70। वो तो अज दी आई है, तो पहला भी सीगे कुछ? पहला हैगी सीगे 40-50 के करीब। अच्छा, यानी कि 100 तो ऊपर टप चुके आपां कह दीए। हाँ जी, हाँ जी। अच्छा, हुण कोई डिपार्टमेंट आया इत्थे कोई देखण? डिपार्टमेंट हैल्थ का भी आया होया रात का इत्थे, ते वाटर सप्लाई वाले भी आए हुए हैं, ते कमेटी के भी आए हैं। अच्छा जी। डॉक्टर हरमन एपिडेमियोलॉजिस्ट। कित्थों आए तुसीं? सिविल सर्जन ऑफिस मोहाली तो जी। अच्छा जी, की प्रॉब्लम आ रही है इस पिंड च? इस पिंड से बेसिकली जी साढ़े को रिपोर्ट होए सी कि लूज मोशनस के काफ़ी पेशेंट्स आ रहे हैं। अच्छा जी। सो कल शाम को सर्वे कराया, आज सवेरे भी कराया सर्वे, सानू 100 के आसपास पेशेंट्स मिले ने। कुछ कैंप असी ऑर्गेनाइज करे, डॉक्टर साहब आए हैं साढ़े को इतने सवेर तो, इन्होंने कैंप लाया है। कैंप से भी अराउंड 70-75 के आसपास पेशेंट्स आ गए हैं। अच्छा जी। बट सिचुएशन अंडर कंट्रोल है जी, माइल्ड सिम्पटम्स ने, कोई ज़्यादा नहीं है। बाकी पानी की सप्लाई खराब सी ਉਹਦੇ ਕਰਕੇ ਪੇਸ਼ੈਂਟਸ ਆਏ ਆ ਸਾਡੇ। ਟ੍ਰੀਟਮੈਂਟ ਜੀ ਜਿਵੇਂ ਅਕੋਰਡਿੰਗ ਟੂ ਦ ਨੀਡ ਹੈ ਨਾ, ਜੋ ਵੀ ਜ਼ਰੂਰਤ ਹੈ ਘਰੋਂ ਘਰ ORS ਵੰਡਤਾ ਹੈ, ਕਲੋਰੀਨ ਦੀਆਂ ਟੇਬਲੇਟਸ ਦਿੱਤੀਆਂ ਹਰ ਘਰ 'ਚ, ਸਮਝਾਤਾ ਹੈ ਕਿ ਕਿਵੇਂ ਯੂਜ਼ ਕਰਨਾ। ਬਾਕੀ ਜਿਵੇਂ ਜੋ ਸਿੰਪਟਮਸ ਨੇ ਅਕੋਰਡਿੰਗਲੀ ਡਾਕਟਰ ਸਾਹਿਬ ਮੈਡੀਸਿਨਸ ਦੇ ਰਹੇ ਨੇ। ਜਿਹੜੇ ਡਾਇਰੀਆ ਦਾ ਪੇਸ਼ੈਂਟ ਆਪਾਂ ਮੰਨ ਲੈਂਦੇ ਹਾਂ, ਕਿੰਨੇ ਦਿਨ ਦੇ ਵਿੱਚ ਮਤਲਬ ਇਫੈਕਟ ਕਰ ਦਿੰਦਾ ਜੀ ਪਾਣੀ ਦਾ? ਮਤਲਬ ਉਹ ਤਾਂ ਇਮੀਡੀਏਟਲੀ 24 ਆਵਰਸ 'ਚ ਹੋ ਜਾਂਦਾ ਜੀ ਜੇ ਗੰਦਾ ਪਾਣੀ। ਇਹਦਾ ਮੇਨ ਕਾਰਨ ਬਾਬਾ ਇਹ ਗੰਦਾ ਪਾਣੀ ਮੰਨਦੇ ਨੇ। ਗੰਦਾ ਪਾਣੀ ਹੈ ਜੀ 100%। ਇਹਨਾਂ ਨੂੰ ਕੁਝ ਡਿਪਾਰਟਮੈਂਟ ਵਾਲਾ ਲੱਗਾ ਜੀ, ਤੁਹਾਨੂੰ ਕੋਈ ਜਾਣਕਾਰੀ ਮਿਲੀ ਕਿ ਮਿਲ ਚੁੱਕੀ ਪ੍ਰੋਬਲਮ ਕਿੱਥੇ ਹੈ? ਇਹ ਕਿਤੇ ਹਾਂਜੀ ਵਾਟਰ ਸਪਲਾਈ ਵਾਲਾ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਪਿੱਛੇ ਕਿਤੇ ਪੱਟਿਆ ਹੋਇਆ ਸੀ, ਕੋਈ ਟੈਲੀਫੋਨ ਵਾਲੀ ਕਿਸੇ ਕੋਈ ਕੰਪਨੀ ਸੀਗੀ ਜਿਨ੍ਹਾਂ ਨੇ ਕਿ ਆਪਣਾ ਪਾਣਾ ਸੀਗਾ, ਕੋਈ ਪਾਈਪਲਾਈਨ ਪਾਣੀ ਸੀਗੀ, ਉਹਦੇ ਕਰਕੇ ਜਿਹੜੀ ਪਾਣੀ ਦੀ ਸਪਲਾਈ ਵਾਲੀ ਪਾਈਪ ਸੀਗੀ ਉਹ ਪੰਕਚਰ ਹੋ ਗਈ, ਉਹਦੇ ਨਾਲ ਮਿਕਸਿੰਗ ਹੋ ਗਈ। ਹੁਣ ਉਹ ਏਰੀਆ ਦਾ ਸਪਲਾਈ ਨੂੰ ਕੱਟ ਆਫ ਕਰਕੇ बाकी पिंड नूं क्लीन वाटर देना स्टार्ट कर दिया।